ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂਸ਼ਹਿਰ ਦੇਖ ਰਹੇ ਹੋ, ਮੈਂ ਦਿਨੇਸ਼ਵਰੀ। ਸਾਥੀਓ, ਇਸ ਸਮੇਂ ਅਸੀਂ ਨਵਾਂਸ਼ਹਿਰ ਬਾਈਪਾਸ 'ਤੇ ਮੌਜੂਦ ਹਾਂ। ਮੇਰੇ ਪਿੱਛੇ ਤੁਹਾਨੂੰ AS ਢਾਬਾ ਨਜ਼ਰ ਆ ਰਿਹਾ, ਜਿੱਥੇ ਕੱਲ੍ਹ ਰਾਤ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਔਰ ਜੋ ਸ਼ੁਰੂਆਤੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ, ਜੋ ਸਥਾਨਕ ਲੋਕਾਂ ਨੇ ਸਾਨੂੰ ਗੱਲ ਦੱਸੀ, ਉਹਦੇ ਆਧਾਰ 'ਤੇ ਗੱਲ ਕਰੀਏ ਤਾਂ ਕੱਲ੍ਹ ਰਾਤ ਇੱਥੇ ਬਹੁਤ ਵੱਡਾ ਬਲਾਸਟ ਹੋਇਆ, ਸਿਲੰਡਰ ਫਟ ਗਿਆ। ਉਹਦੇ ਪਿਛਲੇ ਕਾਰਨ ਨਹੀਂ ਪਤਾ ਲੱਗੇ ਕਿ ਕੋਈ ਗੈਸ ਲੀਕ ਹੋਈ ਹੈ ਕਿ ਸਿਲੰਡਰ ਫਟਿਆ ਕਿ ਪਾਈਪ ਲੀਕ ਹੋਈ ਹੈ, ਲੇਕਿਨ ਜੋ ਸਥਾਨਕ ਲੋਕ ਨੇ ਉਹ ਦੱਸਦੇ ਆ ਕਿ ਇਕੱਲਾ ਸਿਲੰਡਰ ਨਹੀਂ ਫਟਦਾ, ਨਾਲ ਕੁੱਕਰ ਵੀ ਫਟ ਜਾਂਦਾ, ਨਾਲ ਜਿਹੜੀ ਫਰਿੱਜ ਆ ਉਹ ਵੀ ਫਟ ਜਾਂਦੀ ਹੈ। ਔਰ ਇੱਕ ਵਿਅਕਤੀ ਜਿਹੜਾ ਢਾਬੇ ਦੇ ਅੰਦਰ ਮੌਜੂਦ ਸੀ, ਜਿਸਨੇ ਇਸ ਢਾਬੇ ਨੂੰ ਠੇਕੇ 'ਤੇ ਲਿਆ ਹੋਇਆ, ਜੋ ਕਿ ਬਰਨਾਲੇ ਪਿੰਡ ਦਾ ਵਾਸੀ ਆ, ਔਰ ਦੱਸਿਆ ਜਾ ਰਿਹਾ ਕਿ ਰਾਤੀ ਲੌਕ ਲਾ ਕੇ ਉਹ ਅੰਦਰ ਲੰਬਾ ਪਿਆ ਸੀ, ਤਾਂ ਤਕਰੀਬਨ 11 ਵਜੇ ਦੇ ਆਸ ਪਾਸ ਬਹੁਤ ਵੱਡਾ ਬਲਾਸਟ ਹੁੰਦਾ, ਜਿਸ ਦੇ ਨਾਲ ਆਲੇ ਦੁਆਲੇ ਤਕਰੀਬਨ ਅੱਧਾ ਕੁ ਕਿਲੋਮੀਟਰ ਤੱਕ ਵੀ ਲੋਕ ਝਟਕਾ ਜਿਹਾ ਮਹਿਸੂਸ ਕਰਦੇ ਕਿ ਐਡੀ ਜ਼ੋਰ ਦੀ ਬਲਾਸਟ ਹੋਈ, ਆਵਾਜ਼ ਆਈ, ਹੋਇਆ ਕੀ। ਤਾਂ ਇੱਥੇ ਅੱਗ ਲੱਗ ਜਾਂਦੀ ਹੈ, ਭਿਆਨਕ ਅੱਗ ਲੱਗ ਜਾਂਦੀ ਆ, ਜਿਸ ਦੀਆਂ ਤਸਵੀਰਾਂ ਨਾਲ ਦੀ ਨਾਲ ਤੁਹਾਨੂੰ ਅਸੀਂ ਦਿਖਾ ਦੇਣੀਆਂ। ਮੌਕੇ 'ਤੇ ਜਿਹੜੇ ਆਲੇ ਦੁਆਲੇ ਦੇ ਲੋਕ ਆ ਉਹ ਵੀ ਪਹੁੰਚਦੇ ਆ, ਪਰ ਸਮਝਣ ਵਾਲੀ ਗੱਲ ਇਹ ਹੈ ਕਿ ਢਾਬਾ ਇੱਥੇ ਇੱਕ ਸਾਈਡ 'ਤੇ ਇਕੱਲਾ ਹੀ ਹੈ। ਜੇ ਨਾਲ ਹੋਰ ਕੋਈ ਢਾਬਾ ਹੁੰਦਾ, ਜੋ ਕੋਈ ਰਿਹਾਇਸ਼ ਹੁੰਦੀ, ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ। ਔਰ ਬਹੁਤ ਸਾਰੀਆਂ ਚੀਜ਼ਾਂ ਜਲ ਕੇ ਸਵਾਹ ਹੋ ਚੁੱਕੀਆਂ। ਜੋ ਮੌਕੇ 'ਤੇ ਮੌਜੂਦ ਲੋਕ ਹੈ ਉਹਨਾਂ ਦਾ ਕਹਿਣਾ ਸੀ ਕਿ ਜਿਸ ਵਿਅਕਤੀ ਦੀ ਮੌਤ ਹੋ ਗਈ ਹੈ, ਉਸਦੇ ਸਰੀਰ ਦਾ ਵੀ ਬਹੁਤ ਜ਼ਿਆਦਾ ਖਲਾਰਾ ਪੈ ਜਾਂਦਾ, ਨੁਕਸਾਨ ਹੁੰਦਾ, ਔਰ ਸਰੀਰ ਇਕੱਠਾ ਕਰਕੇ ਜਿਹੜਾ ਐਂਬੂਲੈਂਸ 'ਚ ਪਾਇਆ ਗਿਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਭਿਆਨਕ ਬਲਾਸਟ ਹੋਏਗਾ, ਔਰ ਵਿਅਕਤੀ ਨੂੰ ਅੰਦਰ ਜਿਹੜਾ ਸੀਗਾ ਮੌਕਾ ਹੀ ਨਹੀਂ ਮਿਲਿਆ ਕਿ ਉਹ ਭੱਜ ਕੇ ਆਪਣੀ ਜਾਨ ਬਚਾ ਸਕੇ। ਹੋ ਸਕਦਾ ਉਹ ਸੁੱਤਾ ਪਿਆ ਹੋਵੇ, ਹੋ ਸਕਦਾ ਜਾਗਦਾ ਹੋਵੇ, ਲੇਕਿਨ ਜਦ ਬਲਾਸਟ ਹੋਇਆ, ਤਿੰਨ ਚੀਜ਼ਾਂ ਜਿਹੜਾ ਉਹ ਬਲਾਸਟ ਹੋ ਜਾਂਦੀਆਂ, ਫਟ ਜਾਂਦੀਆਂ, ਤਾਂ ਅੰਦਰ ਉਹਦੀ ਮੌਤ ਹੋ ਜਾਂਦੀ ਹੈ, ਸਰੀਰ ਦਾ ਜਿਹੜਾ ਅੰਗ ਅੰਗ ਅਲੱਗ ਹੋ ਜਾਂਦਾ, ਜੋ ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ ਸੀ, ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ। ਔਰ ਚਾਦਰ ਪਾੜ ਕੇ, ਕਿਉਂਕਿ ਹੋਰ ਕੋਈ ਰਾਹ ਨਹੀਂ ਮਿਲਿਆ, ਜਦ ਆਲੇ ਦੁਆਲੇ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਫੋਨ ਕੀਤਾ, ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚਦੀ ਹੈ, ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਮੁਲਾਜ਼ਮ ਜਿਹੜੇ ਆ ਮੌਕੇ 'ਤੇ ਪਹੁੰਚਦੇ, ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਦਾ, ਔਰ ਵੱਡੇ ਰੈਂਕ ਦੇ ਅਫਸਰ ਵੀ ਜਿਹੜੇ ਦੱਸਿਆ ਜਾ ਰਿਹਾ ਕਿ ਰਾਤੀ ਪਹੁੰਚੇ ਆ, ਲੇਕਿਨ ਵਿਅਕਤੀ ਦੀ ਪਹਿਲਾਂ ਮੌਤ ਹੋ ਚੁੱਕੀ ਸੀਗੀ। ਉਸ ਤੋਂ ਬਾਅਦ ਜਿਹੜੀ ਡੈੱਡ ਬਾਡੀ ਉਹਨੂੰ ਮੋਰਚਰੀ ਵਿਖੇ ਰਖਾਇਆ ਗਿਆ, ਵਿਅਕਤੀ ਬਰਨਾਲਾ ਪਿੰਡ ਦਾ ਦੱਸਿਆ ਜਾ ਰਿਹਾ। ਬਿਲਕੁਲ ਸਾਡੇ ਪਿੱਛੇ ਦਿਖਾ ਦਿਓ ਵੀ, ਜੇ ਸਿਵਲ ਹੌਸਪੀਟਲ ਆ, ਉਹਦੇ ਬਿਲਕੁਲ ਸਿਵਲ ਹੌਸਪੀਟਲ ਦੇ ਸੱਜੇ ਹੱਥ, ਅਗਰ ਇਸ ਐਂਗਲ ਤੋਂ ਅਸੀਂ ਦੇਖੀਏ ਤਾਂ ਸੱਜੇ ਵਾਲੇ ਪਾਸੇ ਪਿੰਡ ਬਰਨਾਲਾ, ਔਰ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਹੈ, ਪਰਿਵਾਰ ਦੇ ਨਾਲ ਸਾਡੀ ਹਮਦਰਦੀ ਹੈ। ਤਾਂ ਹੁਣ ਇੱਕ ਵਾਰੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ, ਜਦੋਂ ਰਾਤ ਦੇ ਵੇਲੇ ਫਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ, ਲੇਕਿਨ ਉਸ ਤੋਂ ਪਹਿਲਾਂ ਵਿਅਕਤੀ ਦੀ ਮੌਤ ਹੋ ਚੁੱਕੀ ਸੀ, ਕਿਉਂਕਿ ਉਹਨੂੰ ਇਸ ਸਿਚੁਏਸ਼ਨ 'ਚੋਂ ਬਾਹਰ ਨਿਕਲਣ ਦਾ ਸਮਾਂ ਹੀ ਨਹੀਂ ਮਿਲਿਆ। ਸਾਜਨ ਵੀਰ, ਮਤਲਬ ਜਿਹੜੀ ਇਨਫੋਰਮੇਸ਼ਨ ਸਾਡੇ ਤੱਕ ਪਹੁੰਚੀ ਹੈ ਕਿ ਤਿੰਨ ਚੀਜ਼ਾਂ ਬਲਾਸਟ ਹੋਈਆਂ। ਹਾਂਜੀ ਭਾਅ ਜੀ, ਤਿੰਨ ਚੀਜ਼ਾਂ ਬਲਾਸਟ ਹੋਈਆਂ ਜੀ। ਸਿਲੰਡਰ ਹੋ ਗਿਆ, ਇੱਕ ਸਿਲੰਡਰ ਸੀਗਾ, ਇੱਕ ਕੁੱਕਰ ਸੀਗਾ, ਅਤੇ ਮੈਨੂੰ ਹੋਰ ਪਤਾ ਲੱਗਿਆ ਕਹਿੰਦੇ ਫਰਿੱਜ ਵੀ ਫਟੀ ਪਈ ਆ ਸਾਰੀ। ਕਿੰਨੇ ਚੀਜ਼ਾਂ ਕਿੱਦਾਂ ਫਟ ਗਈਆਂ ਭਾਈ? ਇਹਨਾਂ ਦਾ ਵਿੱਚ ਮੈਨੂੰ ਵੀ ਸੁਣਨ ਤੋਂ ਪਤਾ ਲੱਗਿਆ ਆ, ਇੱਦਾਂ ਬਾਕੀ ਨਹੀਂ ਪਤਾ ਲੱਗਿਆ ਕਿੱਦਾਂ ਫਟੀਆਂ ਪਈ ਉਹ। ਫਿਰ ਇਕੱਲੇ ਅੰਦਰ ਇਕੱਲੇ ਹੋਈ ਸੀਗੇ ਬਰਨਾਲੇ ਵਾਲੇ? ਬਰਨਾਲੇ ਦਾ ਮੁੰਡਾ ਸੀਗਾ, ਕਹਿੰਦੇ ਅੰਦਰ ਹੀ ਸੀਗਾ। ਜਿਹੜੇ ਤੁਸੀਂ ਢਾਬੇ ਵਾਲੇ ਨਾਲ ਅੰਦਰ ਗੱਲ ਕੀਤੀ, ਹਾਂਜੀ ਬਲਾਸਟ ਕਿੰਨੀ ਜ਼ੋਰ ਦੀ ਹੋਇਆ? ਕਹਿੰਦੇ ਬਲਾਸਟ ਇੰਨਾ ਜ਼ੋਰ ਦੀ ਹੋਇਆ, ਬੜਵਾਲ ਡੈਰੀ ਤੱਕ ਵੀ ਹਿੱਲਣ ਡਈ ਸੀਗੀ, ਇੰਨ ਤਕੜਾ ਬਲਾਸਟ ਹਿੱਲ ਗਿਆ, ਬਹੁਤ ਜ਼ਿਆਦਾ ਹਿੱਲਿਆ ਸੀਗਾ। ਫਿਰ ਉਹਨਾਂ 'ਤੇ ਕੀ ਬੀਤੀ ਹੋਊਗੀ ਜਿਹੜੇ ਅੰਦਰ ਹੋਣਗੇ? ਉਹ ਤਾਂ ਕਹਿੰਦੇ ਸੜੇ ਗਿਆ ਸੀਗਾ, ਬਿਲਕੁਲ ਸੜ ਗਿਆ ਸੀ ਕਹਿੰਦੇ। ਅਤੇ ਫਿਰ ਕਹਿੰਦੇ ਫਿਰ ਰਾਤੀ ਉਹੀ ਸਵਾ ਯਾਨੀ 11 ਦੇ ਵਿੱਚ ਟਾਈਮ ਸੀਗਾ ਜਿਹੜਾ ਫਟਿਆ। ਫਿਰ ਉਹ ਪੁਲਿਸ ਵਾਲੇ ਆਏ, ਫਿਰ ਉਹ ਚੱਕ ਕੇ ਪਹਿਲਾਂ ਉਹਨਾਂ ਨੂੰ ਕੱਢਿਆ, ਟੀਨ ਪਾੜ ਕੇ ਪਰਲੀ ਸਾਈਡ ਤੋਂ ਕੱਢਿਆ, ਸਾਰਾ ਕੁਝ ਕੀਤਾ, ਫਿਰ ਉਹਨੇ ਇਕੱਠਾ ਕੀਤਾ, ਫਿਰ ਸਰਕਾਰੀ ਹੋਸਪਿਟਲ ਲੈ ਗਏ। ਬਸ ਹਾਂ, ਐਂਬੂਲੈਂਸ 'ਚ ਲੈ ਕੇ ਗਏ, ਸਰਕਾਰੀ ਹੋਸਪਿਟਲ ਲੈ ਗਏ। ਫਿਰ ਪੁਲਿਸ ਕਿੰਨੇ ਵਜੇ ਪਹੁੰਚਦੀ ਹੈ? ਪੁਲਿਸ ਤਾਂ ਉਹੀ ਭਾਅ ਜੀ ਮੈਨੂੰ ਇੰਨਾ ਕਰੈਕਟ ਰਾਤੀ ਲੈ ਗਏ, ਰਾਤੀ ਲੈ ਗਏ ਉਹੀ ਕਹਿੰਦੇ। ਫਿਰ
ਉਹੀ 11:30 ਬਣੀ 12 ਵਿੱਚ ਪੁਲਿਸ ਆ ਗਈ ਸੀਗੀ ਨਾਲੇ ਜੋ ਕੁਛ ਢਾਬਿਆਂ ਨੇ ਹਰ ਕੋਈ ਬੰਦਾ ਆਉਂਦਾ ਕਿ ਮਦਦ ਕਰੀਏ ਲੇਕਿਨ ਉਸ ਤੋਂ ਪਹਿਲਾਂ ਹੀ ਸਵਾਸ ਪੂਰੇ ਹੋ ਚੁੱਕੇ ਸੀ ਅਤੇ ਫਿਰ ਢਾਬਿਆਂ ਨੇ ਪਹਿਲਾਂ ਬਾਲਟੀਆਂ ਨੇ ਭਜਾਈ ਨਾਲੇ ਇਹਨਾਂ ਨੇ ਫਾਇਰਗੇਟ ਫੋਨ ਕਰ ਦਿੱਤਾ ਸੀਗਾ ਉਹ ਵੀ ਆਏ ਉਹ ਵੀ ਲੱਗੇ ਰਹੇ ਨਾਲ ਫਿਰ ਅੱਛਾ ਕਿਤੇ ਵੀ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਹੋਣਾ ਨਾ ਔਰ ਟੀਨ ਵੀ ਜਲੇ ਨਜ਼ਰ ਆ ਰਹੇ ਆ ਪਰਲੀ ਸਾਡੋ ਫੜਿਆ ਪਾੜਿਆ ਪਿਆ ਪਾੜ ਕੇ ਫਿਰ ਕੱਢਿਆ ਹਾਂ ਇਕੱਠਾ ਕੀਤਾ ਅੰਦਰੋਂ ਕਹਿੰਦੇ ਜਿਸ ਹਿਸਾਬ ਨਾਲ ਤੁਸੀਂ ਦੱਸਦੇ ਬਲਾਸਟ ਹੋਇਆ 3 ਚੀਜ਼ਾਂ ਦਾ ਬਲਾਸਟ ਹੋਇਆ ਉਹ ਪਰੇ ਤੱਕ ਡੈਰੀ ਤੱਕ ਹਿੱਲ ਗਏ ਤਾਂ ਮੇਰੇ ਖਿਆਲ ਨਾਲ ਫਿਰ ਸਕਿੰਟਾਂ 'ਚ ਹੀ ਕੰਮ ਹੋ ਗਿਆ ਹੁਣ ਅੰਦਰ ਸੁੱਤੇ ਪਏ ਸੀ ਉਹ ਸੁੱਤਾ ਪਿਆ ਸੀ ਇੱਦਾਂ ਨਹੀਂ ਹੁਣ ਪਤਾ ਲੱਗਾ ਸੁੱਤਾ ਪਿਆ ਸੀਗਾ ਕਹਿੰਦੇ ਹੁਣ ਕੀ ਹੋਇਆ ਹੁਣ ਵਿੱਚ ਦੀ ਗੱਲ ਦਾ ਆਪਾਂ ਨੂੰ ਭਾਈ ਪਤਾ ਨਹੀਂ ਲੱਗਿਆ ਸੀ ਉਹ ਜੀ ਰਾਤ ਨੂੰ ਉੱਥੇ ਜਿਹੜਾ ਬੰਦਾ ਸੌਂਦਾ ਸੀਗਾ ਨਾ ਹਾਂਜੀ ਉਹਨੇ ਅੰਦਰੋਂ ਤਾਲਾ ਲਾ ਕੇ ਪਤਾ ਨਹੀਂ ਉਹ ਕਿਆ ਕਰਦਾ ਹੋਊਗਾ ਓਕੇ ਉਹ ਫਿਰ ਜਦ ਫਿਰ ਸਿਲੰਡਰ ਫਟਿਆ ਨਾ ਕੁੱਕਰ ਵੀ ਫਟ ਗਿਆ ਸਿਲੰਡਰ ਵੀ ਫਟ ਗਿਆ ਅਤੇ ਉੱਥੋਂ ਫਿਰ ਮੁੰਡਾ ਮੇਰਾ ਗਿਆ ਭੱਜ ਕੇ ਓਕੇ ਉਹਨੂੰ ਦੇਖਿਆ ਦੇਖ ਕੇ ਤਾਂ ਉਹ ਫਿਰ ਤਾਲਾ ਉਹਦਾ ਪੁਲਿਸ ਵਾਲਿਆਂ ਨੇ ਵੀ ਨਹੀਂ ਖੋਲ੍ਹਿਆ ਤਾਂ ਉਹਦੀ ਫਿਰ ਚਾਦਰ ਪੱਟ ਕੇ ਉਹਨੂੰ ਦੇਖਿਆ ਤਾਂ ਜਲੇ ਆਇਆ ਸੀਗਾ ਅੰਦਰ ਪਿਆ ਅੱਛਾ ਬਸ ਇੰਨਾ ਕੁਛ ਹੋਇਆ ਜੀ ਆਹ ਬਸ ਤਾਂ ਜਲੇ ਸਭ ਕੁਛ ਜਲਿਆ ਥਾਈ ਬ੍ਰਿਗੇਡ ਨੇ ਅੱਗ ਬੁਝਾਈ ਆ ਕੇ ਅੱਗ ਬੁਝਾ ਕੇ ਪੁਲਿਸ ਵਾਲੇ ਆਏ ਡੀ ਐਸ ਪੀ ਆਇਆ ਕਾਰਵਾਈ ਕੀਤੀ ਸਾਰੀ ਅੱਛਾ ਅਤੇ ਬਾਕੀ ਉਹਦਾ ਮੁੰਡੇ ਦਾ ਜਿਹਨੇ ਦਿੱਤੇ ਉਹ ਉਹਨੇ ਕਿਰਾਏ 'ਤੇ ਦਿੱਤੇ ਉਹ ਆ ਕਿਸੇ ਨੂੰ ਅੱਛਾ ਕਿਰਾਏ 'ਤੇ ਤਾਂ ਕਿਰਾਏ 'ਤੇ ਰਹਿ ਕੇ ਚਲਾਉਂਦਾ ਸੀ ਹਾਂ ਕਿਰਾਏ ਵਾਲਾ ਨਵੇਂ ਸ਼ਹਿਰ ਦਾ ਹੀ ਆ ਬੰਦਾ ਉਹ ਉਸ ਮੁੰਡੇ ਨੂੰ ਪਤਾ ਆ ਮੇਰੇ ਭਤੀਜੇ ਨੂੰ ਜਿਹਨੇ ਜਿਹਨੇ ਦਿੱਤੇ ਉਹ ਕਿਰਾਏ 'ਤੇ ਉਹ ਆਪ ਇੱਥੇ ਹੈ ਨਾ ਜੀ ਉਹਨੂੰ ਆਪ ਨੂੰ ਵੀ ਕਿਸੇ ਨੇ ਦੱਸਿਆ ਜਾ ਕੇ ਪਿੰਡ ਜਾ ਕੇ ਵੀ ਤੇਰੇ ਉਹ ਤਾਂ ਅੱਗ ਲੱਗ ਗਈ ਆ ਵੀ ਤੂੰ ਜਾ ਕੇ ਦੇਖ ਤਾਂ ਇੱਥੇ ਆਇਆ ਤਾਂ ਸਭ ਕੁਝ ਜਲੇ ਹੋਵੇਗਾ ਸਿਲੰਡਰ ਫਟਣ ਦੇ ਕਾਰਨਾਂ ਦਾ ਪਤਾ ਲੱਗਿਆ ਕਿ ਨਹੀਂ ਉਹ ਤਾਂ ਅੰਦਰੋਂ ਤਾਲਾ ਲਾ ਕੇ ਬੈਠਾ ਤਾਂ ਸੀ ਅੰਦਰ ਬੰਦਾ ਉਹ ਜਿਹੜਾ ਬੰਦਾ ਇੱਥੇ ਸੀਗਾ ਉਹ ਅੰਦਰੋਂ ਤਾਲਾ ਲਾਇਆ ਸੀਗਾ ਉਹਨੇ ਅੱਛਾ ਉਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਜਦ ਪਟਾਕਾ ਬੋਲਿਆ ਚਾਦਰ ਫਟ ਕੇ ਸਿਲੰਡਰ ਥੱਲੇ ਪਿਆ ਇੱਕ ਜਲਿਆ ਆ ਇੱਕ ਮੋਟਾ ਸਾਰਾ ਉਹ ਉੱਪਰ ਪਿਆ ਸੀਗਾ ਪੁਲਿਸ ਨੇ ਦੇਖਿਆ ਉਹ ਵੀ ਅੱਛਾ ਜੀ ਇੱਕ ਕੂਕਰ ਉੱਥੇ ਹੀ ਪਿਆ ਆ ਉਹ ਵੀ ਟੁੱਟਾ ਆ ਫਟਿਆ ਆ ਸਾਰਾ ਹੀ ਓਕੇ ਉਹ ਸਬਜ਼ੀ ਬਣਾਉਣ ਵਾਲਾ ਉਹ ਅੰਦਰ ਦੇਖ ਲਓ ਸਾਢੇ 10 ਪੌਣੇ 11 ਦੇ ਵਿੱਚ ਹੋ ਗਿਆ 11 ਵਜੇ ਜਿਸ ਵੇਲੇ ਮੈਂ ਪਿੰਡੋਂ ਆਇਆ ਮੁੰਡਾ ਥਾ ਮੇਰਾ ਇੱਥੇ ਇੱਕ ਮੇਰਾ ਬੰਦਾ ਸੀਗਾ ਨੌਕਰੀ ਕਰਦਾ ਹੋਟਲ ਬੰਦ ਕਰਕੇ ਅਸੀਂ ਉੱਥੇ ਨੂੰ ਚੱਲ ਗਏ ਨਟ ਗਏ ਮੈਂ ਵੀ ਪਿੰਡੋਂ ਆ ਗਿਆ ਪਿੰਡੋਂ ਮੇਰਾ ਭਤੀਜਾ ਹੋਰ ਆ ਗਿਆ ਸੀ ਜਨਾ ਕੁੜੀਆਂ ਵੀ ਆ ਗਈਆਂ ਉਹ ਮੁੰਡਾ ਵੀ ਆ ਗਿਆ ਹੋਟਲ ਵਾਲਾ ਪਰ ਇੱਥੇ ਥਾਈ ਬ੍ਰਿਗੇਡ ਨੇ ਅੱਗ ਬੁਝਾਈ ਹੋ ਸੀਗੀ ਲਾਈਟ ਉਹਨਾਂ ਨੇ ਮੇਰੇ ਮੁੰਡੇ ਨੇ ਕੱਢ ਦਿੱਤੀ ਤਾਂ ਫਿਰ ਉਹ ਜਦ ਵੇਲੇ ਉਹਦੀ ਚਾਦਰ ਪੱਟੀ ਨਾ ਚਾਦਰ ਪੱਟ ਕੇ ਉਹਨੂੰ ਵਿੱਚੋਂ ਦੇਖਿਆ ਤਾਂ ਜਲਿਆ ਸੀਗਾ ਉਹ ਅੰਦਰੋਂ ਲੋਕ ਲੱਗਾ ਹਜੇ ਵੀ ਲੱਗੇ ਹੋ ਜਾ ਕੇ ਇਹਦੇ ਵਿੱਚ ਕੈਮਰੇ 'ਚ ਲੈ ਲਓ ਤੁਸੀਂ ਫੋਟੋ ਅਤੇ ਬੰਦੇ ਦੀ ਪਛਾਣ ਹੋਈ ਬੰਦਾ ਹੈ ਕੌਣ ਸੀ ਜੀ ਉਹ ਇੱਥੇ ਪਿੰਡ ਬਰਨਾਲੇ ਦਾ ਅੱਛਾ ਜੀ ਉਹਦੇ ਫਿਰ ਘਰ ਗਏ ਡੀ ਐਸ ਪੀ ਨੇ ਕਿਹਾ ਜਾਓ ਉਹਦੇ ਘਰ ਦੱਸ ਕੇ ਆਓ ਉਹਨਾਂ ਨੂੰ ਫਿਰ ਲਿਆ ਕੇ ਦਿਖਾ ਲਿਆ ਮੌਕਾ ਦਿਖਾ ਲਿਆ ਫਿਰ ਉੱਥੇ ਗਏ ਅਸੀਂ ਉਹ ਮੁੰਡੇ ਲੈ ਕੇ ਜਿੱਥੇ ਡੱਡ ਵੱਡੀ ਪਈ ਸੀ ਹੁਣ ਅੱਜ ਫੇਰ ਗਏ ਉਹ ਥਾਣੇ ਨੂੰ ਹਜੇ ਆਇਆ ਕੁਛ ਪਤਾ ਨਹੀਂ ਲੱਗਾ ਕਿਆ ਹੋਇਆ ਇੱਕ ਬਾਬਾ ਦੱਸਿਓ ਉਹ ਜਿਹੜਾ ਬੰਦਾ ਜਿਹਦੀ ਡੈਥ ਹੋਈ ਬੰਦੇ ਦੀ ਉਮਰ ਕਿੰਨੀ ਕੁ ਸੀ ਜੀ ਉਹ ਮੇਰਾ ਖਿਆਲ 32-34 ਸਾਲ ਦਾ ਹੋਊ 34 ਸਾਲਾਂ ਦਾ ਨੌਜਵਾਨ ਹਾਂ 32-34 ਸਾਲ ਦਾ ਨੌਜਵਾਨ ਹੀ ਸੀ ਅਜੇ ਹਾਂ ਨੌ ਦਾ ਸਾਨੂੰ ਕੋਈ ਪਤਾ ਨਹੀਂ ਉਹਦੇ ਦਾ ਅਸੀਂ ਕਦੇ ਉੱਥੇ ਹੋਟਲ 'ਤੇ ਗਏ ਹੀ ਨਾ ਸੀ ਓਕੇ ਓਕੇ ਠੀਕ ਹੈ ਉਹ ਸਾਡਾ ਹੀ ਆ ਪਰ ਅਸੀਂ ਉੱਥੇ ਕਦੇ ਗਏ ਨਹੀਂ ਕਿ ਉਹਨੇ ਕਿਰਾਏ 'ਤੇ ਦਿੱਤੇ ਉਸਦਾ ਜਦ ਉਹ ਆਪ ਚਲਾਉਂਦਾ ਤਾਂ ਅਸੀਂ ਜਾਂਦੇ ਸੀ ਠੀਕ ਹੈ ਠੀਕ ਹੈ